दो बेटियां, मेरे नाम जगरूप कौर है, माकोवाल। अच्छा जी, ते किथे ਤੁਹਾਡੇ ਹਸਬੰਡ ਕੀ ਕਰਦੇ ਨੇ? ਆਰਮੀ ਚ। ਅੱਛਾ, ਤੇ ਕਦੋਂ ਆਏ ਤੇ ਵਾਪਸ ਛੁੱਟੀ? ਛੁੱਟੀ ਅਜੇ ਆਇਆ ਨਹੀਂ ਅਜੇ ਤੱਕ। ਕਿੰਨਾ ਚਿਰ ਹੋ ਗਿਆ? ਸਾਲ ਹੋ ਗਏ ਹਨ। ਨਹੀਂ, ਸਾਲ ਥੋੜਾ ਹੋ ਗਿਆ। ਕਿਹਨੂੰ ਹਸਪੀਟਲ ਲੈ ਗਏ? ਜ਼ਹਿਰ ਇਹਦੇ ਦਾਦਾ ਜੀ ਨੇ ਜ਼ਹਿਰ ਦਿੱਤੇ ਹੋਏ ਹੈ। ਜ਼ਹਿਰ ਦਿੱਤੇ, ਕੁੜੀ ਹੋਈ ਤੇ ਤਾਂ ਜ਼ਹਿਰ ਦਿੱਤੇ, ਮੁੰਡੇ ਚਾਹੀਦੇ ਹੈ। ਤੇ ਬਾਅਦ ਚ ਮੈਂ ਰੌਲਾ ਪਾ ਤੇ ਮੇਰੀ ਕੁੜੀ ਬਚਾ ਲੂ। ਪਹਿਲਾਂ ਦੋ ਬੇਟੀਆਂ, ਇੱਕ ਪਹਿਲਾਂ ਬੇਟੀ ਆ ਤੇ ਆਹ ਦੋ ਬੇਟੀ। ਹਾਂਜੀ, ਮੁੰਡਾ ਚਾਹੀਦਾ। ਹਾਂਜੀ, ਹਾਂਜੀ, ਤੇ ਡੈਡੀ ਜੀ ਨੇ ਦਵਾਈ ਦਿੱਤੀ ਹੋਈ ਆ ਤੇ ਇਹਨੇ ਮੂੰਹ ਤੋਂ ਬਾਹਰ ਦਵਾਈ ਕੱਢੀ ਹੋਈ ਬਾਅਦ 'ਚ ਉਲਟੀਆਂ ਕਿੰਨੀਆਂ ਕੀਤੀਆਂ ਤੇ ਮੇਰੀ ਸਮੈਲ ਆਉਣ ਡਈ। ਸਮੈਲ ਤੋਂ ਪਤਾ ਲੱਗਾ ਵੀ ਇਹਨੇ ਜ਼ਹਿਰ ਦਿੱਤੀ। ਮੈਂ ਰੌਲਾ ਪਾਤਾ ਥੱਲੇ, ਰੌਲਾ ਪਾ ਪਾ ਕੇ ਫਿਰ ਮੈਂ ਗਵਾਂਢ ਲੋਕ ਲੱਗੇ ਹੋਏ ਆ ਤੇ ਫਿਰ ਮੈਂ ਦਿਓਰ ਨੂੰ ਕਿਹਾ, ਮੈਂ ਮੇਰੀ ਕੁੜੀ ਚਲੋ ਤੁਸੀਂ ਚੁੱਪ ਕਰ ਜਾ, ਤੂੰ ਚੁੱਪ ਕਰ ਜਾ। ਮੈਂ ਕਿਉਂ ਚੁੱਪ ਕਰਨਾ, ਮੈਂ ਰੌਲਾ ਪਾਉਣਾ। ਮੈਂ ਮੇਰੀ ਕੁੜੀ ਲੈ ਕੇ ਜਾਓ ਹੋਸਪਿਟਲ ਜਿੱਤਰਾ ਮਰਜ਼ੀ ਹੋਵੇ। ਡਾਕਟਰ ਕਹਿੰਦੀ, ਡਾਕਟਰ ਨੇ ਕਿਹਾ ਵੀ ਚੈੱਕ ਜਾ ਦਿੱਤੀ ਤੇ ਚੈੱਕ ਕਰਵਾ ਕੇ ਦਿੱਤਾ। ਮੇਰਾ ਹਸਬੈਂਡ ਮੇਰੇ ਕੁੜੀਆਂ ਨੂੰ ਦੋਵਾਂ ਨਫ਼ਰਤ ਕਰਦੇ ਆ, ਦੋਵਾਂ ਕੁੜੀਆਂ ਨੂੰ ਨਫ਼ਰਤ ਕਰਦੇ, ਪਿਆਰ ਨਹੀਂ ਕਰਦੇ। ਜਦੋਂ ਛੁੱਟੀ ਆਉਣਾ ਨਾ, ਰੂਮ 'ਚ ਨਹੀਂ ਆਉਣਾ, ਸਮਾਨ ਰੱਖ ਕੇ ਤੇ ਨੀਚੇ ਚੱਲ ਜਾਣਾ, ਨੀਚੇ ਚੱਲ ਜਾਣਾ ਤੇ ਨਾ ਸਾਡੇ ਮੇਰੇ ਹੱਥੇ 'ਚ ਖਾਣਾ ਨਹੀਂ ਖਾਣਾ। ਦੇ ਦੋਵੇਂ ਕੁੜੀਆਂ ਛੱਡ ਕੇ ਮੈਨੂੰ ਕਹਿੰਦੇ ਚੱਲੀ ਜਾ ਇੱਥੋਂ। ਹਾਂਜੀ ਹਾਂਜੀ ਕੀਤੀ। ਹਾਂਜੀ, ਚਾਹੁੰਦੇ ਅੱਜ ਤੇ ਮੇਰੇ ਦੋ ਬੇਟੀਆਂ, ਮੈਂ ਆਪਣੇ ਘਰ ਰਹਿਣਾ ਚਾਹੁੰਦੀ ਹਾਂ। ਹਾਂਜੀ, ਮੇਰਾ ਨਾਂ ਸੁਰਿੰਦਰ ਕੌਰ ਜੀ। ਬੇਟੀ ਉਹਨਾਂ ਦੀ ਗਰੂਪ ਕੌਰ, ਮਾਕੋਵਾਲ ਵਿਆਹੀ ਮੇਰੀ ਬੇਟੀ, ਮਾਕੋਵਾਲ ਵਿਆਹੀ ਮੇਰੀ ਬੇਟੀ। ਇਹਨਾਂ ਦੇ ਹਸਬੈਂਡ ਆਰਮੀ ਵਿੱਚ ਸਰ, 6 ਸਾਲ ਹੋ ਗਿਆ ਸਾਨੂੰ ਤਰਲੇ ਲੈਂਦਿਆਂ ਨੂੰ। ਕਦੀ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਹੱਦ ਤੋਂ ਵੱਧ ਹੀ, ਮਤਲਬ ਕਦੀ ਆਉਣਾ ਇਹਦੀਆਂ ਬਾਹਾਂ ਮਰੋੜ ਕੇ ਕੰਧਾਂ ਨਾ ਮਾਰਨਾ ਇਹਨੂੰ, ਕਦੀ ਕੁਛ। ਜਦੋਂ ਵੀ ਛੁੱਟੀ ਆਉਣਾ ਤੇ ਰਾਤ ਦੀ ਰੋਟੀ ਨਹੀਂ ਖਾਣੀ, ਚਾਹ ਨਹੀਂ ਪੀਣੀ, ਤੇਰੇ ਘਰ ਕੁੜੀਆਂ ਹੁੰਦੀਆਂ ਵਾ, ਇੱਦਾਂ ਦਾ ਕਲੇਸ਼ ਰੱਖਣ ਲੱਗ ਗਏ। ਥੋੜ੍ਹਾ ਬਹੁਤਾ ਮਤਲਬ ਇੱਦਾਂ ਝੱਲੀ ਜਾਣਾ, ਮੈਂ ਲਾ ਕੇ ਚੁੰਨੀ ਪੈਰਾਂ 'ਤੇ ਰੱਖ ਦੇਣੀ, ਪੁੱਤ ਛੁੱਟੀ ਆਇਆ 4 ਦਿਨ ਤਾਂ ਆਵੇ ਮੇਰੇ ਵੱਲ, ਇੱਜ਼ਤ ਰੱਖ ਆਪਣੀ, ਮੇਰੀ ਵੀ ਰੱਖ, ਅਤੇ ਤੂੰ ਨਾ ਇੱਦਾਂ ਕਰ ਦੇ। ਕੋਈ ਸਾਡੀ ਬੇਟੀ ਦਾ ਕਸੂਰ ਨਹੀਂ, 10 ਧੀਆਂ ਜੰਮੀਆਂ ਨੇ ਅਤੇ ਉਹ ਰੱਬ ਨੇ ਦਿੱਤੀਆਂ ਨੇ। ਆਹ ਜਦੋਂ ਤੀਸਰੀ ਆ, ਚੌਥੀ ਬੇਟੀ ਹੋਈ ਜੇ, ਅਤੇ ਇਹ ਬੇਟੀ ਜਿੱਦਣ ਦੀ ਹੋਈ ਆ, ਨਾ ਇਹਨੂੰ ਕੋਈ ਫੋਨ ਕਰਦਾ, ਉਹਦੀ ਇਹਨੂੰ ਬਲੋਕ ਲਿਸਟ ਵਿੱਚ ਪਾਇਆ ਹੋਇਆ ਜਿਹਨੇ, ਅਤੇ ਨਾ ਇਹਦੇ ਨਾਲ ਕੋਈ ਗੱਲ ਕਰਦਾ। ਤੇਰੇ ਹੱਥੋਂ ਪਾਣੀ ਨਹੀਂ ਪੀਣਾ, ਨਾ ਤੈਨੂੰ ਨਾ ਤੇਰੀਆਂ ਕੁੜੀਆਂ ਨੂੰ ਕਮਾਉਣਾ ਵਾ। ਕਿੰਨੇ ਬੱਚੇ ਇਸ ਟਾਈਮ ਇਹਦੇ ਕੋਲ? 4 ਜੇ, 2 ਜੇ, 2 ਗੁੱਡੀਆਂ ਜੇ। 4 ਹੋਈਆਂ ਸੀ ਜਦੋਂ ਦੀ, 2 ਖਤਮ ਕਰਤੀਆਂ ਉਹਨਾਂ ਨੇ। ਹੁਣ ਸਾਰੇ ਕਹਿੰਦੇ ਵੀ ਬੇਟੀ ਹੋਈ ਆ ਤੇ ਅਸੀਂ ਤੈਨੂੰ ਰੱਖਣਾ ਨਹੀਂ, ਤੇ ਤੂੰ ਮਤਲਬ ਸਾਡੇ ਘਰੋਂ ਨਿਕਲ ਜਾ, ਸਾਡੀਆਂ ਕੁੜੀਆਂ ਦੇ ਜਾ, ਜੇ ਨਹੀਂ ਜਾਣਾ ਤੇ ਕੋਠੇ ਤੋਂ ਛਾਲ ਮਾਰ ਦੇ, ਬੱਤੀ ਨੂੰ ਹੱਥ ਲਾ ਦੇ ਤੇ ਮਰ ਜਾ। ਇਹਨੇ ਕਿਹਾ ਵੀ ਮੈਂ ਨਹੀਂ ਜਾਣਾ, ਮੈਂ ਇੱਥੇ ਮਰਨਾ, ਮੇਰੀਆਂ ਧੀਆਂ ਵੀ ਇੱਥੇ ਰਹਿਣੀਆਂ, ਮੈਂ ਵੀ ਰਹਿਣਾ। ਉਹਨਾਂ ਨੇ ਇਹ ਕੁੜੀ ਨੂੰ ਦਵਾਈ ਦੇ ਦਿੱਤੀ ਆ, ਜ਼ਹਿਰ ਦੇ ਦਿੱਤਾ ਕੁੜੀ ਨੂੰ, ਛੋਟੀ ਨੂੰ, ਸੋਹਰਾ ਸਾਹਿਬ ਨੇ ਦਿੱਤਾ, ਇਹਦੇ ਸਾਹਮਣੇ ਦਿੱਤਾ। ਕਹਿੰਦੀ ਡੈਡੀ ਜੀ ਇਹ ਕੀ ਕਰਨ ਡਏ ਹੋ? ਕਹਿੰਦਾ ਇਹਨੂੰ ਬੁਖਾਰ ਹੈ 102। ਕਹਿੰਦੀ ਡੈਡੀ ਜੀ ਬੱਚਾ ਠੀਕ ਠਾਕ ਆ? ਮੈਂ ਕਹਿਣਾ ਸੀ ਬੱਚਾ ਬਿਮਾਰ ਹੈ, ਤੁਸੀਂ ਆਪੇ ਦਵਾਈ ਦੇਈ ਜਾਂਦੇ, ਬੱਚਿਆਂ 'ਤੇ ਕੁਛ ਹੋਇਆ ਨਹੀਂ ਆ, ਤੁਸੀਂ ਕਾਹਦੇ ਵਾਸਤੇ ਹੁਣ ਦਵਾਈ ਦੇਣ ਡਏ ਹੋ? ਕਹਿੰਦੇ ਆ 5 ਮਿੰਟ ਬਾਅਦ ਫੇਰ ਦੇ ਦੀ। ਰੈਸ਼ ਉੱਪਰ ਹੀ ਥੱਲੇ ਉੱਤਰ ਗਿਆ ਪੌੜੀਆਂ ਤੋਂ। ਬੱਚਾ ਜਦੋਂ ਆਇਆ ਸੀ ਉਹਦੇ ਪੇਰੈਂਟਸ ਮੁਤਾਬਕ ਉਹਨਾਂ ਦਾ ਜੋ ਵੀ ਗਲਤ ਕੋਸ਼ਿਸ਼ ਕੀਤੀ ਗਈ ਹੈ ਉਹਨੂੰ ਕੁਛ ਗਲਤ ਪਲਾਨ ਦੀ, ਜੋ ਹਿਸਟਰੀ ਸੀ ਉਹ ਕਹਿ ਰਹੇ ਸੀ ਕਿ ਕੈਰੋਸੀਨ ਆਇਲ ਵਗੈਰਾ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਰੋਸੀਨ ਪੋਇਜ਼ਨਿੰਗ ਦੇ ਅਕੋਰਡਿੰਗਲੀ ਅਸੀਂ ਉਹਦਾ ਇਲਾਜ ਕੀਤਾ, ਹਾਲਾਂਕਿ ਬੱਚਾ ਦੀ ਹਾਲਤ ਸਥਿਰ ਸੀ, ਕੋਈ ਸੀਰੀਅਸ ਨਹੀਂ ਸੀ, ਬਟ ਜੋ ਸਰਕਮਸਟਾਂਸ਼ੀਅਲ ਲੱਗਦਾ ਹੈ ਸਮੈਲ ਆਉਣਾ ਜਾਂ ਕੱਪੜਿਆਂ ਤੋਂ ਜਾਂ ਬੱਚੇ ਤੋਂ ਉਹ ਆ ਰਹੀ ਸੀ, ਬਟ ਉਹਦਾ ਹੈਲਥ ਵਾਈਜ਼ ਬੱਚਾ ਸਟੇਬਲ ਸੀ। ਉਹਦੀ ਜਿਹੜੀ ਮੈਡੀਕਲ ਲੀਗਲ ਰਿਪੋਰਟ ਆ ਉਹਦੇ ਲਈ ਅਸੀਂ ਉਹਨੂੰ ਫੋਰੈਂਸਿਕ ਡਿਪਾਰਟਮੈਂਟ 'ਚ ਰੈਫਰ ਕੀਤਾ ਸੀ, ਉੱਥੇ ਉਹਦੀ ਮੈਡੀਕਲ ਲੀਗਲ ਰਿਪੋਰਟ ਤਿਆਰ ਹੋ ਕੇ ਪੁਲਿਸ ਨੂੰ ਸਬਮਿਟ ਕਰ ਦਿੱਤੀ ਗਈ ਹੈ, ਅਤੇ ਬਾਕੀ ਜਿਹੜੇ ਸੈਂਪਲ ਵਗੈਰਾ ਉਹ ਵੀ ਸਾਰੇ ਭੇਜ ਦਿੱਤੇ ਗਏ। ਬੱਚਾ ਸਟੇਬਲ, ਬੱਚੇ ਦੀ ਹਾਲਤ ਸਥਿਰ ਹੈ, ਸਟੇਬਲ ਹੈ। ਜਿਹੜੀ ਉਹਨੂੰ ਜ਼ਹਿਰੀਲਾ ਪਦਾਰਥ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਉਹਦੀ ਬੋਡੀ ਇਫੈਕਟ? ਲੱਕੀਲੀ ਜਿਹੜੀ ਉਹਨੂੰ ਕੋਸ਼ਿਸ਼ ਕੀਤੀ ਗਈ ਹੈ ਉਹਦਾ ਮੇਨ ਪ੍ਰਭਾਵ ਫੇਫੜਿਆਂ 'ਤੇ ਹੁੰਦਾ ਹੈ, ਸਾਹ ਦੀ ਤਕਲੀਫ 'ਤੇ ਹੁੰਦਾ ਹੈ, ਆਕਸੀਜਨ ਦੀ ਕਮੀ ਹੋ ਸਕਦੀ ਹੈ, ਬਟ ਇਸ ਕੇਸ 'ਚ ਉਸ ਚੀਜ਼ ਦਾ ਲੱਕੀਲੀ ਬੱਚੇ 'ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੋਇਆ ਸੀ। ਬੱਚੇ ਦੀ ਹਾਲਤ ਸਥਿਰ ਸੀ। ਥੈਂਕ ਯੂ ਸਰ, ਥੈਂਕ ਯੂ।